ਅੱਛਾ ਜੀ ਜੀ ਤੁਹਾਨੂੰ ਇੱਕ ਗੱਲ ਹੋਰ ਨਾ ਕਰ ਮਿਲਾਦ ਉਹ ਪੜ੍ਹ ਸਕਦੇ ਨੇ ਜਿਹਨਾਂ ਦੀਆਂ ਮਾਵਾਂ ਚੰਗੀਆਂ ਹੋਣ। ਤੁਸੀਂ ਖੁਸ਼ ਹੋ ਜਾਓ, ਇਹ ਤੁਹਾਡੀਆਂ ਮਾਵਾਂ ਬੜੀਆਂ ਚੰਗੀਆਂ, ਮਾਵਾਂ ਖੁਸ਼ ਹੋਣ, ਇਹਨਾਂ ਦੇ ਪੁੱਤਰ ਬੜੇ ਚੰਗੇ ਨੇ। ਝੰਡੇ ਲੈ ਕੇ ਨਿਕਲਦੇ ਨੇ, ਕਹਿੰਦੇ ਨੇ ਬਾਈ ਜਾਨ ਆਪ ਕਿੱਧਰ ਜਾ ਰਹੇ ਹੋ? ਮੈਂ ਤੂੰ ਝੰਡਾ ਲੈ ਕੇ ਗਈ ਹੂੰ ਬਦਾਉ ਮੈਂ ਜਾ ਰਹਾ ਹੂੰ, ਕਹਿ ਰਹਾ ਹੂੰ ਨੂਰ ਵਾਲਾ ਆਇਆ, ਉਹ ਵੀ ਘਰ ਜਾਂਦਾ ਲੈ ਕੇ। ਕਹਿੰਦਾ ਮਾਮਾ ਆਹ ਮੁੰਡੇ ਬਿਨਾ 20-25 ਜਿਹੜਾ ਦੇ ਨਾ, ਕਹਿੰਦਾ ਤੂੰ ਪਾਕਟ ਮਨੀ ਲੈ ਕੇ ਨਹੀਂ ਗਿਆ? ਕਹਿੰਦੇ ਲੈ ਕੇ ਤੇ ਗਿਆ, ਮੇਰਾ 25-30 ਕੋਈ ਹੋਰ ਦੇ ਦਿਓ, ਮੀਨੀ ਕਰਨੇ ਕੀ ਹੋ ਸਕੇ ਮੈਂ ਝੰਡਾ ਲੈਣਾ ਹੋ ਸਕੇ ਆ 14 ਅਗਸਤ ਦੇ ਨਾਲ ਕੋਈ ਨਹੀਂ, ਤੂੰ ਕਿਉਂ ਝੰਡਾ ਲੈਣਾ? ਉਹ ਸਕੇ ਨਹੀਂ ਤੂੰ ਮੈਨੂੰ ਦੇ ਦੇ ਨਾ ਮੈਂ ਝੰਡਾ ਖਰੀਦੂੰਗਾ। ਉਹ ਸਕੇ ਕਿਹੜਾ ਲੈਣਾ? ਕਹਿੰਦੇ ਇੱਕ ਮਿੰਟ ਖਲੋ, ਉਹ ਚੈਨਲ ਲਾਉਂਦਾ ਅਤੇ 4 ਨੰਬਰ ਚੈਨਲ 'ਤੇ ਨਾ ਲੱਗਾ ਹੁੰਦਾ ਮਦਨੀ ਚੈਨਲ। ਅੱਗੋਂ ਇੱਕ ਬਾਬੇ ਨੇ, ਮੈਂ ਉਸ ਬਾਬੇ ਦਾ ਨਾਂ ਨਹੀਂ ਲੈਂਦਾ, ਤੁਹਾਨੂੰ ਸਾਰਿਆਂ ਨੂੰ ਪਤਾ, ਉਸ ਬਾਬੇ ਨੇ ਝੰਡੇ ਫੜੇ ਹੁੰਦੇ ਨੇ ਦੋ, ਅਤੇ ਉਹ ਆਉਂਦਾ ਮੰਮੀ ਜੀ ਜਿਹਦੇ 2 ਨਹੀਂ ਅਤੇ 1 ਤਾਂ ਲੈ ਆਈ। ਉਹ ਅੱਗੋਂ ਬੜੇ ਆਰਾਮ ਨਾਲ ਕਹਿੰਦੀ ਕੀ ਕਰਾਂ ਇਸ ਬਾਬੇ ਦਾ, ਸਾਡੇ ਘਰਾਂ ਵਿੱਚ ਵੀ ਫੈਜ਼ ਪਾਠਸ਼ਾਹ ਕਿੱਥੋਂ ਹੀ ਬਾਬੇ ਆ ਗਏ। ਮੈਂ ਕਿਹਾ ਮਾਮੇ ਦਾ ਰੰਗ ਨਹੀਂ ਵੇਖਿਆ, ਇਹਨਾਂ ਦੇ ਨਿਸਬਤ ਗੁੰਬਦੇ ਖਜ਼ਰਾ ਦੇ ਨਾਲ। ਅੱਲਾਹ ਅੱਲਾਹ ਮਾਵਾਂ ਚੰਗੀਆਂ ਨੇ ਜਿਨ੍ਹਾਂ ਦੇ ਪੁੱਤਰ ਮਿਲਾ ਲੈਣਾ, ਉਹ ਮਾਵਾਂ ਬੜੀਆਂ ਖੁਸ਼ ਨਸੀਬ ਨੇ ਜਿਨ੍ਹਾਂ ਨੇ ਤਰਬੀਅਤ ਦਿੱਤੀ ਹੈ ਜ਼ਿੰਦਗੀ ਉਹੀ ਜੇ ਪੁੱਤਰੋ ਜਿਹੜੀ ਮੁਸਤਫਾ ਦਾ ਮਿਲਾਦ ਬਣਾ ਲਿਆ। ਇਜਾਜ਼ਤ ਹੋਵੇ ਤਾਂ ਫਿਰ ਮੈਂ ਇੱਕ ਹੋਰ ਜੁਮਲਾ ਬੋਲੂ, ਕਿਨਵਾ ਵਾਲਾ ਜੁਮਲਾ ਇਸੇ ਗੱਲ ਤੇ ਬਹੁਤ ਅੱਛਾ, ਜਿੱਥੇ ਬਾਬੇ ਨੂੰ ਇੰਨਾ ਯਾਦ ਹੈ ਜਵਾਨਾਂ ਨੂੰ ਤਾਂ ਪਤਾ ਜੀ ਆਪਾਂ ਵੀ ਯਾਦ ਹੋਣਾ ਚਾਹੀਦਾ। ਬਹੁਤ ਬਹੁਤ ਮੈਂ ਰਾਜ਼ੀ, ਬਹੁਤ ਅੱਛਾ। ਨਾਲੇ ਦਾਦ ਜਵਾਨਾਂ ਵੱਲੋਂ ਰਹੇ, ਇਮਦਾਦ ਹੁਸੈਨ ਦੇ ਨਾਨੇ ਵੱਲੋਂ ਰਹੇ, ਅਤੇ ਦੁਆਵਾਂ ਇਹਨਾਂ ਬਾਬਿਆਂ ਵੱਲੋਂ ਰਹੇ, ਥੰਬ ਤਾਂ ਬਣ ਜਾਂਦੇ। ਤੁਸੀਂ ਜਦੋਂ ਸੁਭਾਨ ਅੱਲਾਹ ਫਰਮਾਉਂਦੇ ਨੇ ਸੀਨੇ ਠੰਡ ਪੈਂਦੀ ਹੈ, ਮੈਂ ਕੁਰਾਨ ਹਦੀਸ ਪੜ੍ਹਾਂਗਾ ਤੁਹਾਡੇ ਸੀਨੇ ਠੰਡ ਪਵੇਗੀ, ਹਰ ਐਕਸ਼ਨ ਦਾ ਰੀਐਕਸ਼ਨ ਹੁੰਦਾ, ਅਤੇ ਜਦੋਂ ਤੁਸੀਂ ਸੁਭਾਨ ਅੱਲਾਹ ਫਰਮਾਓਗੇ ਤਾਂ ਮੇਰੇ ਸੀਨੇ ਠੰਡ ਪੈ ਜਾਏਗੀ। ਪਿੱਛੇ ਦੋ ਸਾਡੇ ਬਾਬੇ ਬੈਠੇ ਨੇ ਹੱਥ ਚੁੱਕ ਚੁੱਕ ਕੇ ਸੁਭਾਨ ਅੱਲਾਹ ਫਰਮਾ ਰਹੇ, ਨਹੀਂ ਨਹੀਂ ਮੈਨੂੰ ਤਾਂ ਮੇਰੀ ਨਜ਼ਰ ਤੁਹਾਡੇ, ਖੁਦਾ ਦੀ ਕਸਮ ਸਿਰਫ ਖਤੀਬ ਦੀ ਨਜ਼ਰ ਨਹੀਂ, ਖਤੀਬ ਉਲ ਅੰਬੀਆ ਦੀ ਤੁਹਾਡੇ ਸਾਰਿਆਂ ਤੇ ਨਜ਼ਰ ਹੈ। ਹਰ ਦੀਵਾਨਾ ਬੋਲੇ ਸੁਭਾਨ ਅੱਲਾਹ ਵਾਹਿਗੁਰੂ। ਸਾਡੇ ਪੇਠੇ ਪੁਰਾਣੇ ਨੇ ਇਹਨਾਂ ਦੇ ਨਾਲ ਪੜ੍ਹਨਾ, ਤੇ ਤੁਸੀਂ ਵੀ ਮੇਰੇ ਮੋਮਨ ਭਰਾ ਹੋ, ਕੁੱਲ ਮੁਮਿਨੂਨ ਇਖਵਤ, ਸਾਰੇ ਮੋਮਨ ਮੋਮਨ ਆਪਸ ਵਿੱਚ ਭਰਾ ਭਰਾ ਨੇ, ਜਿਹੜੇ ਭਰਾ ਹੋਣ ਉੱਥੇ ਬੰਬ ਨਹੀਂ ਬਲਾਸਟ ਕਰੀਏ। ਮੈਂ ਆਪਣੇ ਬੱਚੇ ਦਾ ਨਾਂ ਨਹੀਂ ਲੈਂਦਾ, ਉਹ ਹੈ ਉੱਪਰ ਪਰਲਾ ਪਰਲਾ, ਅਸੀਂ ਨਾਂ ਨਹੀਂ ਲੈਂਦੇ ਕਾਕੇ ਦਾ। ਲੇਕਿਨ ਜਦੋਂ ਇਸ਼ਕ ਹੋ ਜਾਏ ਕਿਸੇ ਨਾਲ, ਇਹ ਬੇਟਾ ਨਹੀਂ ਬੇਟੇ, ਜਿਹਦੇ ਵੱਲ ਮੈਂ ਇਸ਼ਾਰਾ ਕੀਤਾ ਉਹ ਸਮਝ ਗਿਆ, ਮੁਹੰਮਦ ਨਾ ਬੋਲੋ ਬਾਬਾ ਜੀ ਆਖਣ, ਕਿਹੜੇ ਬਾਬਿਆਂ ਮਗਰ ਲੱਗ ਗਏ ਹੈ ਹੁਣ ਮੈਨੂੰ ਲੋਕ ਬਾਬਾ ਜੀ ਆਖਣ, ਤੇ ਫਿਰ ਮੈਂ ਹੁਣ ਕੀ ਆਖਾਂ?
اور میں انہیں کہنا میں پترا انشاءاللہ یہ حشر دے میدان وچ واقعی پتہ لگ جائے گا اسی کسے دے گستاخ نہیں ہتھی اودوں پوی دے جدوں پلے کچھ نہ ہو گریبان اودوں پھڑے دے جدوں دلیلاں مکھ جائے تے بم بلاسٹ اودوں کری دے نے جدوں بندہ قران وچ دلیل بخان جوگا نہ ہوے اسی تے دلیل نہیں دے سکنے ہاں بم تے نہیں ساڈے کو بلاسٹ ہوندے اودی وجہ اسی بم برود والے نہیں اسی دم تے درود والے ہیں ہر دیوانہ جو بولتا ہے خدا کی قسم دل کرتا ہے کہ ساری رات یہ مکی نہ گل کہ تسی سنتے رہو تو میں گناہگار سناتا رہا حسین
ਕਿਤਾਬਾਂ